ਮੈਂ ਸਾਰੀ ਸੰਗਤ ਨੂੰ ਸਲਾਮ ਵਾਲੇਕਮ ਕਹਿੰਦਾ, ਨਮਸਕਾਰ ਕਹਿੰਦਾ। ਅੱਜ ਇਹ ਆਦਿ ਸਮਾਜ ਦੇ ਵੀ ਦਰਗਾਹ ਬਾਬਾ ਜੀ ਬਹੁਤ ਪ੍ਰਾਚੀਨ ਦਰਗਾਹ ਲਗਦਾਤਾ ਪੀਰ ਸਾਹਿਬ ਦੀ, ਅਤੇ ਇੱਥੇ ਹਰ ਸਾਲ ਉਤਸਵ ਮਨਾਇਆ ਜਾਂਦਾ। ਬੜੀ ਧੂਮਧਾਮ ਨਾਲ ਕੁਆਲੀਆਂ ਕਰਾਈ ਜਾਂਦੀਆਂ। ਛਬੀ ਬਾਬਾ ਜੀ ਗੱਦੀ ਨਸ਼ੀਨ ਨੇ, ਇਹਨਾਂ ਦੇ ਮਦਰ ਵੀ ਉਹਦੇ ਗੱਦੀ ਨਸ਼ੀਨ ਨੇ, ਅਤੇ ਬੜੀ ਧੂਮਧਾਮ ਨਾਲ ਹਰ ਸਾਲ 'ਚ ਮਨਾਇਆ ਜਾਂਦਾ ਮੇਨ ਬਾਜ਼ਾਰ ਦੇ ਵਿੱਚ। ਆਦਿ ਸਮਾਜ ਦੇ ਵਿੱਚ ਇਹ ਅਤੇ ਕੁਆਲੀਆਂ ਪ੍ਰੋਗਰਾਮ ਚੱਲ ਰਿਹਾ ਹੁਣ। ਕੱਲ੍ਹ ਚੱਦਰ ਰਸਮ ਹੈ, ਫਿਰ ਮਹਿੰਦੀ ਰਸਮ ਹੈ, ਅਤੇ ਅਟੂਟ ਬਾਬਾ ਜੀ ਦਾ ਭੰਡਾਰਾ ਹੋਏਗਾ। ਸਾਰੀ ਸੰਗਤ ਨੂੰ ਬੇਨਤੀ ਹੈ ਥੋੜ੍ਹੇ ਚਾਹੁੰਦੇ ਰਾਹੀਂ ਕਿ ਆਓ, ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਅਤੇ ਆਪਣੀ ਰਹਿਮਤ ਹਾਸਲ ਕਰੋ। ਆਪ ਜੀ ਕਿੱਥੋਂ ਚੱਲ ਕੇ ਆਏ? ਅਸੀਂ ਗੁੱਗਾ ਮਾੜੀ ਮਾਂ ਤੋਂ ਗੱਦੀ ਨਸ਼ੀਨ ਜੀ ਪਟਿਆਲੇ ਤੋਂ, ਅਤੇ ਮੈਂ ਕਲਿਆਣ ਸ਼ਿਵ ਤੋਂ ਗੱਦੀ ਨਸ਼ੀਨ ਹੈ, ਮਰੀਦਾਂ ਆਪਣੇ ਕਲਿਆਣ ਪੀਰਾਂ ਤੋਂ, ਅਤੇ ਮਾਂ ਲੋ ਗੁੱਗਾ ਮਾੜੀ ਗੱਦੀ ਨਸ਼ੀਨ ਤੋਂ ਅਸੀਂ। ਅੱਜ ਦੇ ਇਸ ਪ੍ਰੋਗਰਾਮ 'ਤੇ ਪਹੁੰਚ ਕੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ? ਬਹੁਤ ਖੁਸ਼ੀ ਹੋ ਰਹੀ ਹੈ ਜੀ, ਬਹੁਤ ਅੱਲਾ ਦੇ ਬਲੀਆਂ ਦਰ 'ਤੇ ਆਏ ਹਾਂ ਅਸੀਂ। ਅਸੀਂ ਦਰਵੇਸ਼ ਦਰ 'ਤੇ ਹੀ ਬਸ ਮਸਤੀ ਲੈ ਰਹੇ ਹਾਂ, ਮਜ਼ਾ ਲੈ ਰਹੇ ਹਾਂ ਉਸ ਸਮੂਹ ਨੇ ਸਾਰੇ ਆਪਣੀ ਸੰਗਤ ਨਾਲ, ਭਰਾਵਾਂ ਨਾਲ। ਬਹੁਤ ਖੁਸ਼ੀ ਦਾ ਉਸ ਸਮੂਹ ਮਾਲਕ ਫੈਜ ਖਜ਼ਾਨੇ ਦਾ ਪੀਰ ਮੀਰਾ ਕਰਨ ਦੀ ਹੋਰ ਜਾਗੀਰ ਹੈ ਨੀ। ਮਾਲਕ ਫੈਜ ਖਜ਼ਾਨੇ ਦਾ ਪੀਰ ਮੀਰਾ ਐਡੀ ਕਰਮ ਦੀ ਹੋਰ ਜ਼ਾਗੀਰ ਹੈ ਨਹੀਂ। ਜਿਹੜਾ ਦੁੱਖ ਦੀਆਂ ਨੂੰ ਮੰਨੇ ਫੁਲਾ ਦੇਵੇ, ਜਿਹੜਾ ਦੁੱਖ ਦੀਆਂ ਨੂੰ ਬੰਨੇ ਲਾ ਦੇਵੇ, ਐਸਾ ਹੋਰ ਕੋਈ ਦਸਤਗੀਰ ਹੈ ਨਹੀਂ। ਆਏ ਚੋਰ ਕੁਤਬ ਅਬਦਾਲ ਕੀਤੇ, ਇੰਜ ਬਦਲੂ ਦਾ ਹੋਰ ਤਕਦੀਰ ਹੈ ਨੀ। ਆਏ ਚੋਰ ਕੁਤਬੀ ਅਬਦਾਲ ਕੀਤੇ, ਇੰਜ ਬਦਲੂ ਦਾ ਹੋਰ ਤਕਦੀਰ ਹੈ ਨੀ। ਰਫੀਆ ਖਾ ਨਗਰ ਜੋਤ ਦੇ ਨਾ ਕਾਰ ਦੀ ਚੋਟ ਤੇ ਮੈਂ ਮੇਰੇ ਪੀਰ ਵਰਗਾ ਕੋਈ ਪੀਰ ਹੈ। ਸਰਕਾਰ ਬਿਲਕੁਲ ਨਵਾਂ ਕਲਾਮ ਪੇਸ਼ ਕਰਨ ਜਾ ਰਿਹਾ, ਉਹਨੂੰ ਥੋੜ ਨਹੀਂ ਹੋ ਕਿਸੇ ਗੱਲ
Oh, my God.
आज का मैं सच्चा किया।